ਵੈਲਕਮ ਜੀ, ਅੱਜ ਆਏ ਨੇ ਸਾਡੇ ਕੋਲ ਸ਼ੈਦੂ ਭਾਜੀ। ਅੱਜ ਇਹਨਾਂ ਨੇ ਅਸੀਂ ਦਾਵਾ ਕਰ ਰਹੇ ਹਾਂ ਜੀ, ਆਪਣੇ ਹੱਥ ਨਾਲ ਲੜੀ ਬਣਾ ਕੇ ਸਾਡੀ ਖਵਾਲ ਸਾਂ ਨਾਲੇ ਵੀ ਮਦਦ ਕਰ ਸਕਣ। ਇਹਨਾਂ ਜੀ ਸਾਨੂੰ ਬੜੀ ਇੱਜ਼ਤ ਬਖਸ਼ੀ ਹੈ ਜੀ, ਸਾਡੀ ਹਵੇਲੀ ਦੇ ਆਏ ਨੇ। ਕਿਉਂ ਸ਼ੈਦੂ ਸਾਹਿਬ ਦਾ ਸੋਹਣਾ ਜੀ, ਬੜੇ ਚੰਗੇ ਸਾਹਿਬ ਨੂੰ ਬੋਲੀ ਸਾਹਿਬ ਜੀ, ਨਾ ਕਿਹਾ ਜੀ ਖਾਣਾ ਰੱਖਾਂਗੇ ਤਾਂ ਤੁਸੀਂ ਸਾਹ ਖਿਲਾਓ, ਅਸਾਂ ਕਿਹਾ ਜੀ ਠੀਕ ਹੈ ਜੀ ਨਾ। ਤਾਂ ਬਾਕੀ ਬੋਲੀ ਸਾਹਿਬ ਜਨਾਬ ਇਨਸ਼ਾ ਅੱਲਾਹ ਖਾਣਾ ਪਕਾਉਣਗੇ, ਚੰਗਾ ਟੇਸਟ ਹੋ ਸਕਦਾ ਇਨਸ਼ਾ ਅੱਲਾਹ। ਖਾਵਾਂਗੇ ਤਾਂ ਇਨਸ਼ਾ ਅੱਲਾਹ ਪਤਾ ਲੱਗੇਗਾ, ਫਿਰ ਦੱਸਾਂਗੇ ਆਪਣੀ ਹਵੇਲੀ ਤੇ ਲਾਈ ਅਸਾਂ ਅੱਗ, ਤੇ ਇਹ ਹਸਨੈਨ ਸਾਹਿਬ ਨੇ ਆ ਚਿਕਨ ਹਾਂਡੀ ਤਿਆਰ ਹੋ ਰਹੀ ਹੈ। ਤੱਕੋ ਕਿ ਬਣਨਾ ਕਿਸ ਤਰ੍ਹਾਂ ਤਿਆਰ ਹੋਣੀ ਹੈ। ਇਹ ਜੀ ਅਸਾਂ ਦੀ ਮਾੜੀ ਜੀ ਹਵੇਲੀ ਹੈ, ਛੱਡਿਆ ਨਹੀਂ। ਇੱਥੇ ਸ਼ਹਿਦ ਸਾਹਿਬ ਆਏ ਨੇ ਸਾਡੇ ਮੁਲਤਾਨ ਦੇ ਨੇ, ਸ਼ਹਿਦ ਸਾਹਿਬ ਦੁਨੀਆ ਪੂਰਨੇ ਨੇ ਜੀ, ਸਾਡੇ ਬਹੁਤ ਪਿਆਰੇ ਦੋਸਤ ਭਰਾ, ਮੁਹੱਬਤ ਕਰਨ ਵਾਲੇ ਸਾਥੀ ਨੇ ਜੀ। ਅੱਜ ਨੇ ਕਿ ਸਪੈਸ਼ਲ ਅਸੀਂ ਹਾਂਡੀ ਪਕਾ ਕੇ ਖਵਾ ਰਹੇ ਹਾਂ ਜੀ। ਹਸਨੈਨ ਸਾਹਿਬ ਅੱਗ ਲਾ ਰਹੇ ਨੇ ਜੀ। ਹਾਂ ਜੀ, ਸੁਣਾਓ ਸਾਥੀਓ ਸੰਗੀਓ, ਆਹ ਸਾਜੀ ਸ਼ਹਿਦੂ ਸਾਹਿਬ ਨੇ ਖਿਦਮਤ ਹੋ ਰਹੀ ਹੈ ਜੀ, ਹਸਨੈਨ ਸਾਹਿਬ ਨੇ ਕੋਈ ਅਸੀਂ ਹਾਂਡੀ ਤਿਆਰ ਕਰ ਰਹੇ ਹਾਂ ਆਪਣੀ ਹਵੇਲੀ ਦੇ। ਆਹ ਸ਼ਹਿਦ ਸਾਹਿਬ ਛੁੱਟੀ ਕੀਤੀ ਹੈ ਤੁਹਾਡੀ ਵਜ੍ਹਾ ਤੋਂ, ਚਲੋ ਅਸੀਂ ਇਹਨਾਂ ਦੀ ਖਿਦਮਤ ਕਰੀਏ। ਨਾ ਅੱਜ ਵਲੀਮਾ ਵੀ ਛੋੜਿਆ ਸਪੈਸ਼ਲ, ਬਹੁਤ ਤਕੜਾ ਵਲੀਮਾ ਗ੍ਰਾਮ ਵਿੱਚ ਇਹਨਾਂ ਛੋੜਿਆ। ਬੱਕਰਾ ਬੱਕਰਾ ਸੀ ਬੱਗੇ ਆ, ਹਾਂ ਤੇ ਇੱਥੇ ਇਹਨਾਂ ਕਿਸੇ ਖਵਾ ਲੈਣੀ ਆ ਮੁਰਗੀ। ਛੋਟੀਆਂ ਨਹੀਂ ਕਰਨੀਆਂ ਮੁਰਗੀਆਂ, ਵਾਹ ਜੀ ਵਾਹ, ਮਾਸ਼ਾ ਅੱਲਾ ਜੀ। ਤਿਆਰ ਹੋਏਗੀ ਫਿਰ ਚੈੱਕ ਕਰਾਇਆ ਜਾਏਗਾ। ਸ਼ਹਿਦ ਸਾਹਿਬ ਜੀ ਇਹਨਾਂ ਹਾਂਡੀ ਸੰਭਾਲਦੀ ਹੈ ਜੀ, ਨਾ ਹੈ ਤੁਸੀਂ ਪਰਾ ਹੋ ਜਾਓ, ਮੈਂ ਆਪਣੇ ਕੁਆਰੇ ਹੱਥਾਂ ਨਾਲ ਖਵਾ ਲਵਾਂ। ਉਹਨਾਂ ਹੈ ਵਹਿ ਹੱਥਾਂ ਨਾਲ ਨਹੀਂ ਖਾਣੀ, ਅਸਾਂ ਕੁਆਰੇ ਹੱਥਾਂ ਨਾਲ ਖਾਣੀ ਹੈ ਜੀ। ਇਹ ਸ਼ਾਹ ਸਾਹਿਬ ਜੀ ਤੱਕੋ ਜੀ, ਇਹ ਤੱਕੋ ਜੀ ਬਾਲਣ ਵੀ ਲੈ ਕੇ ਆਇਆ ਜੀ ਆਪਣੇ ਘਰੋਂ, ਸਾਡਾ ਸਿਲੰਡਰ ਦਾ ਪ੍ਰੋਗਰਾਮ ਸੀ ਉਹਨਾਂ ਹੈ ਨਹੀਂ, ਬਾਲਣ ਲੈ ਕੇ ਆਪਣੇ ਆਪਣੀ ਅੱਗ ਲਾਉਂਦੇ ਹਾਂ। ਮਜ਼ੇ ਪੂਰੇ ਪੂਰੇ, ਮਜ਼ੇ ਪੂਰੇ ਪੂਰੇ ਚਲਾਉਣਗੇ ਬੱਲੇ। ਦਸ ਰੋਟੀਆਂ ਹੋਣੇ ਜੀ, ਇਹ ਜੀ ਸਾਡੀ ਤੱਕ ਹਾਂਡੀ ਤਿਆਰ ਹੋ ਗਈ ਹੈ ਜੀ। ਸ਼ਹਿਦ ਸਾਹਿਬ ਆਪਣੇ ਕੁਆਰੇ ਹੱਥਾਂ ਨਾਲ ਤੱਕੋ ਨਾਲ ਸਾਲਕ ਪਾਉਣਗੇ ਜੀ, ਬੜੀ ਮਿਹਨਤ ਨਾਲ ਤਿਆਰ ਕੀਤੀ ਹੈ ਸ਼ਹਿਦ ਸਾਹਿਬ। ਅੱਜ ਸ਼ਹਿਦ ਸਾਹਿਬ ਇਸ ਲਾਓ ਚੰਗਾ ਜਿਹਾ ਮਿਕਸ ਕਰ ਦਿਓ, ਇੱਕ ਵਾਰ ਮਿਕਸ ਕਰਕੇ ਇਹੀ ਵਾਹ ਕੁੱਲ ਸ਼ੁਗਰ ਮਾ ਲਓ। ਹਾਂਜੀ ਸੁਨਾਮ ਸਾਹਿਬ ਬਹਿ ਜਾਓ, ਤੇ ਤਰੀ ਹੋਵੇ ਤੇ ਕੱਢ ਲਵੇ ਦਾਦਾ, ਨਹੀਂ ਤਾਂ ਫਿਰ ਜਾਣ ਦਿਓ ਨਹੀਂ ਕੋਈ ਨਹੀਂ ਤਾਂ ਫਿਰ ਜਾਣ ਦਿਓ ਤਰੀ ਬਣਾਏਗੀ। ਹਾਂ ਠੀਕ ਹੈ, ਇਹ ਸਭ ਖਾ ਕੇ ਤੱਕੋ ਜੀ, ਨਾਲ ਜਿਹੜੇ ਨੇ ਸਾਡੇ ਹੈ ਰੋਟੀਆਂ ਭੋਰ ਚੁੱਕਰੇ ਨੇ, ਇਹਨਾਂ ਤੱਕੋ ਜੀ ਹਾਂਡੀ ਵੀ ਸਾਡੀ ਤੱਕੋ ਜੀ ਖਾਲੀ ਹੋ ਗਈ ਹੈ। ਤੇ ਅੱਜ ਸ਼ਹਿਰ ਸਾਹਿਬ ਛਿੱਕ ਪਾਠ ਸੈਵਨ ਅਪ ਕਰ ਦਿੱਤੀ ਹੈ ਜੀ, ਹਰ ਚੀਜ਼ ਸਬੂਤ ਕੋਈ ਨੀ ਛੋੜਨਾ, ਸਬੂਤ ਮਿਟਾ ਕੇ ਜਾਣੇ ਨਾ ਜੀ ਕੀ ਹੋਇਆ।